ਤੁਸੀਂ SOI ਤੋਂ ਆਏ ਹੋ, ਯੂਥ ਅਕਾਲੀ ਦਲ ਦੇ ਪ੍ਰਧਾਨ ਬਣੇ। ਇੱਕ ਮੰਗ ਇਹ ਵੀ ਹੈਗੀ ਹੈ ਕਿ SOI ਨੂੰ ਭੰਗ ਕਰ ਦੇਣਾ ਚਾਹੀਦਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਰਹਿਣੀ ਚਾਹੀਦੀ ਹੈਗੀ ਹੈ, ਜਿਹੜੀ ਟਕਸਾਲੀ ਜਥੇਬੰਦੀ ਸੀਗੀ ਅਕਾਲੀ ਦਲ ਦੀ ਪੰਜਾਬ ਦੀ। ਤੁਹਾਡਾ ਇਸ 'ਤੇ ਕੀ ਰਾਏ ਹੈਗੀ? SOI 'ਤੇ ਬਹੁਤ ਇਲਜ਼ਾਮ ਨੇ ਔਰ ਇਹ ਮੰਗ SOI ਦੀ ਮੀਟਿੰਗ ਦੇ ਵਿੱਚ ਵੀ ਉੱਠੀ ਸੀਗੀ, ਹੁਣ ਇਨਕਾਰ ਨਾ ਕਰਿਓ ਇਸ ਗੱਲ 'ਤੇ। ਨਹੀਂ ਦੇਖੋ, ਮੈਨੂੰ ਤਾਂ ਇਹ ਮੰਗ ਮੈਂ ਤਾਂ ਸੋਸ਼ਲ ਮੀਡੀਆ ਰਾਹੀਂ ਸੁਣੀ ਹੈ, ਪਰ ਇਹ ਮੀਟਿੰਗਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਮੰਗ ਉੱਠੀ ਹੈ ਕਿਤੇ ਕਿ SOI ਨੂੰ ਭੰਗ ਕਰਨਾ ਚਾਹੀਦਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਲਿਆਉਣੀ ਚਾਹੀਦੀ ਔਰ ਉਹ ਰਹਿਣੀ ਚਾਹੀਦੀ। ਫੈਡਰੇਸ਼ਨਾਂ ਪਹਿਲਾਂ ਵੀ ਸੀਗੀਆਂ, ਫੈਡਰੇਸ਼ਨਾਂ ਸੀਗੀਆਂ, ਫੈਡਰੇਸ਼ਨ ਵੀ ਨਾਲ ਬਣਾਈ ਜਾ ਸਕਦੀ ਆ। ਇੱਕ ਸੁਝਾਅ ਹੈਗੇ ਨੇ, ਇਹ ਸੁਝਾਅ ਜ਼ਰੂਰ ਹੈਗੇ ਨੇ ਕਿ ਫੈਡਰੇਸ਼ਨ ਬਣਾਈ ਜਾਵੇ ਨਾ, ਇਹ ਗੱਲ ਬਿਲਕੁਲ ਠੀਕ। ਨਵੀਂ ਫੈਡਰੇਸ਼ਨ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ? ਪੁਰਾਣੀਆਂ ਫੈਡਰੇਸ਼ਨਾਂ ਨੇ, ਉਹ ਤਾਂ ਜਿਹੜੇ ਉਹਨਾਂ ਦੇ ਆਗੂ ਨੇ ਉਹ ਤਾਂ ਸਾਰੀ 50 ਸਾਲ ਤੋਂ ਪਾਰ ਨੇ, ਕੋਈ 55 ਦਾ, ਕੋਈ 65 ਦਾ। ਨਵੀਂ ਫੈਡਰੇਸ਼ਨ ਨਾਲ ਬਣਾਈ ਜਾ ਸਕਦੀ ਆ। ਫੈਡਰੇਸ਼ਨ ਦਾ ਮਤਲਬ ਸਮਝੋ, ਫੈਡਰੇਸ਼ਨਾਂ ਦੇ ਵਿੱਚ ਸਿਰਫ ਸਿੱਖ ਨੌਜਵਾਨ ਹੀ ਜਿਹੜੇ ਹੁੰਦੇ ਸੀ, ਬਿਲਕੁਲ ਸਾਬਤ ਸੂਰ। ਸਟੂਡੈਂਟ ਵਿੰਗ ਆ ਜਿਹੜਾ, ਉਹਦੇ 'ਚ ਹਰ ਕੋਈ ਆ ਸਕਦਾ, ਮਤਲਬ ਉਹਦੇ 'ਚ ਹਰੇਕ ਧਰਮ ਦਾ ਜਿਹੜਾ ਨੌਜਵਾਨ ਉਹਦੇ 'ਚ ਭਾਗ ਲੈ ਸਕਦਾ, ਕਿਉਂਕਿ ਉਹ ਸਟੂਡੈਂਟ ਵਿੰਗ ਹੈ, ਉਹ ਸਟੂਡੈਂਟ ਵਿੰਗ ਇੱਕ ਤੱਕ ਸੀਮਿਤ ਹੈ। ਸੋ ਇਹ ਜੇ ਫੈਡਰੇਸ਼ਨ ਬਣਦੀ ਹੈ ਉਹ ਵੀ ਚੰਗੀ ਗੱਲ ਆ, ਬਣਨੀ ਚਾਹੀਦੀ ਹੈ। ਸੁਝਾਅ ਇਹ ਜਿੰਨਾ ਕੁ ਮੈਨੂੰ ਪਤਾ ਲੱਗਿਆ ਵੀ ਫੈਡਰੇਸ਼ਨ ਬਣਾਉਣ ਦੇ ਸੁਝਾਅ ਜ਼ਰੂਰ ਆਏ ਸੀ ਕਿ ਨਾਲ ਬਣਾ ਲਓ, ਪਰ SOI ਨੂੰ ਭੰਗ ਕਰਨ ਦਾ SOI ਦੇ ਵਿੱਚ ਗਲਤ ਅੰਸਰ ਆ ਗਏ, ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਇਹ ਤਾਂ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਹੈ। ਹੁਣ ਸਰਬਜੀਤ ਝਿੰਜਰ ਦੀ ਆਪਣੀ ਰਾਏ ਕੀ ਹੈਗੀ ਹੈ, SOI ਬਣੀ ਰਹਿਣੀ ਚਾਹੀਦੀ ਹੈ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅੱਗੇ ਆ ਕੇ ਲੀਡ ਕਰਨਾ ਚਾਹੀਦਾ ਜਾਂ ਤੀਸਰੀ ਫੈਡਰੇਸ਼ਨ ਬਣਨੀ ਚਾਹੀਦੀ ਹੈ? ਦੇਖੋ, SOI ਵੀ ਰਹਿਣੀ ਚਾਹੀਦੀ ਆ, ਸਟੂਡੈਂਟ ਵਿੰਗ ਆ। ਮੈਂ ਆਪ 15 ਸਾਲ ਸਟੂਡੈਂਟ ਵਿੰਗ 'ਚ ਕੰਮ ਕੀਤਾ, ਕਾਲਜ ਦੀ ਪ੍ਰਧਾਨਗੀ ਤੋਂ ਲੈ ਕੇ ਸਟੇਟ ਦੀ ਜਨਰਲ ਸੈਕਟਰੀ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਜ਼ੋਨ ਪ੍ਰਧਾਨ ਤੋਂ ਲੈ ਕੇ ਮੈਂ ਸਾਰਾ ਕੰਮ ਕਰਦਾ ਰਿਹਾ। ਬਹੁਤ ਚੰਗੇ ਨੌਜਵਾਨ ਇਹ ਸਟੂਡੈਂਟ ਵਿੰਗ 'ਚੋਂ ਇੱਕ ਸਿੱਧਾ ਪਲੇਟਫਾਰਮ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਆ ਕੇ ਆਪਣਾ ਕੰਮ ਕਰਨ ਦਾ, ਪੰਜਾਬ ਲਈ ਕੰਮ ਕਰਨ ਦਾ, ਪਾਰਟੀ ਲਈ ਕੰਮ ਕਰਨ ਦਾ ਇੱਕ ਮੌਕਾ ਦਿੰਦਾ ਸਟੂਡੈਂਟ, ਉਹ ਵੀ ਰਹਿਣਾ ਚਾਹੀਦਾ। ਬਾਕੀ ਨਾਲ ਜੇ ਫੈਡਰੇਸ਼ਨ ਵੀ ਬਣ ਜਾਂਦੀ ਆ ਤਾਂ ਕੋਈ ਮਾੜੀ ਗੱਲ ਨਹੀਂ, ਉਹਦੇ ਲਈ ਰਾਏ ਪਾਰਟੀ ਦੇ ਸੀਨੀਅਰ ਆਗੂ ਹੈਗੇ ਨੇ, ਸਾਰਿਆਂ ਤੋਂ ਮਤਲਬ ਰਾਏ ਲੈ ਕੇ ਅੱਗੇ ਚੱਲਿਆ ਜਾ ਸਕਦਾ, ਕੋਈ ਮਾੜੀ ਗੱਲ ਨਹੀਂ।